ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਵਾਰ ਫਿਰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਹਰ ਵੇਲੇ ਤਿਆਰ ਬਰ ਤਿਆਰ ਨੇ। ਕੈਪਟਨ ਅਮਰਿੰਦਰ ਸਿੰਘ ਜਦੋਂ ਮਰਜ਼ੀ ਆਪਣੀ ਪੁਲਿਸ ਨੂੰ ਭੇਜ ਦੇਣ ਉਹ ਗ੍ਰਿਫਤਾਰੀ ਦੇ ਦੇਣਗੇ। ਉਹਨਾਂ ਇਹ ਵੀ ਕਿਹਾ ਕਿ ਬਟਾਲਾ ਵਿਖੇ ਹੋਏ ਹਾਦਸੇ ਦੇ ਪੀੜਤਾਂ ਦੇ ਨਾਲ ਉਹ ਅੱਜ ਵੀ ਖੜੇ ਹਨ ਅਤੇ ਜਲਦ ਹੀ ਪੀੜਤਾਂ ਨੂੰ ਲੈ ਕੇ ਬਟਾਲਾ ਦੇ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਤਾਂ ਜੋ ਪੀੜਤਾਂ ਨੂੰ ਇਨਸਾਫ਼ ਮਿਲ ਸਕੇ। 19 ਸਤੰਬਰ ਨੂੰ ਡੇਰਾ ਬਾਬਾ ਨਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਹੋਣ ਜਾ ਰਹੀ ਪੰਜਾਬ ਕੈਬਨਿਟ ਮੀਟਿੰਗ ਨੂੰ ਲੈ ਕੇ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹੋਈਆਂ ਹਨ। ਇਸ ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਡੀਜੀ ਵਿਪਲ ਉਜਵਲ ਨੇ ਦੱਸਿਆ ਕਿ ਕੱਲ ਹੋਣ ਜਾ ਰਹੀ ਪੰਜਾਬ ਕੈਬਨਿਟ ਦੀ ਮੀਟਿੰਗ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਪੰਜਾਬ ਦੇ ਸਾਰੇ ਮੰਤਰੀ ਹਿੱਸਾ ਲੈਣਗੇ। ਮੀਟਿੰਗ ਲਈ ਸਥਾਨਕ ਅਨਾਜ ਮੰਡੀ 'ਚ ਪੰਡਾਲ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਭ ਤੋਂ ਪਹਿਲਾਂ ਇੱਥੇ ਕਰਤਾਰਪੁਰ ਲਾਂਘੇ ਤੇ ਚੱਲ ਰਹੇ ਨਿਰਮਾਣ ਕਾਰਜ ਦਾ ਜਾਇਜ਼ਾ ਲੈਣਗੇ ਅਤੇ ਇਸ ਤੋਂ ਬਾਅਦ ਡੇਰਾ ਬਾਬਾ ਨਾਨਕ ਕਸਬਾ 'ਚ ਹੀ ਕੈਬਨਿਟ ਮੀਟਿੰਗ ਕਰਨਗੇ। ਜਿੱਦਾਂ ਕਿ ਆਪ ਜੀ ਨੂੰ ਪਤਾ ਹੈ ਕਿ ਪਹਿਲੀ ਵਾਰ ਸਾਡੇ ਜ਼ਿਲ੍ਹੇ 'ਚ ਕੈਬਨਿਟ ਮੀਟਿੰਗ ਅਤੇ ਸਾਰੇ ਕੈਬਨਿਟ ਮਿਨਿਸਟਰ ਸਾਹਿਬ ਹਨ, ਉਹਨਾਂ ਦੇ ਨਾਲ ਜਿਹੜੇ ਸਾਰੇ ਸੀਨੀਅਰ ਆਫਿਸਰਸ ਹਨ ਇੱਥੇ ਆਉਣਗੇ। ਉਹਨਾਂ ਦੇ ਸੀ ਐੱਮ ਸਾਹਿਬ ਦੇ ਅਤੇ ਮਿਨਿਸਟਰ ਸਾਹਿਬ ਦਾ ਜਿਹੜਾ ਪਹਿਲਾ ਪ੍ਰੋਗਰਾਮ ਹੈਗਾ ਉਹ ਡੇਰਾ ਬਾਬਾ ਨਾਨਕ ਡਿਵੈਲਪਮੈਂਟ ਅਥਾਰਟੀ ਜਿਹੜੀ ਬਣੀ ਹੋਈ ਹੈ ਉਹਨਾਂ ਦੀ ਉਹ ਮੀਟਿੰਗ ਕਰਨਗੇ ਅਤੇ ਡੇਰਾ ਬਾਬਾ ਡਿਵੈਲਪਮੈਂਟ ਅਥਾਰਟੀ ਦੇ ਅੰਡਰ ਚੱਲ ਰਹੇ ਕੰਮਾਂ ਦਾ ਰਿਵਿਊ ਕਰਨਗੇ 12 ਵਜੇ ਤੋਂ। ਉਹਦੇ ਬਾਅਦ 12:30 ਤੋਂ ਸਾਡੀ ਕੈਬਨਿਟ ਦੀ ਮੀਟਿੰਗ, ਉੱਥੇ ਜਿਹੜੇ ਕੈਬਨਿਟ ਨੇ ਆਪਣੀ ਮੀਟਿੰਗ ਕਰਕੇ ਜਿਹੜੇ ਉਹਨਾਂ ਨੇ ਆਪਣੇ ਡਿਸੀਜ਼ਨ ਲੈਣੇ ਉਹ ਉਹਨਾਂ ਨੇ ਕਰਨਾ ਹੈ। ਉਸ ਤੋਂ ਪਹਿਲਾਂ ਸਰ ਦਾ, ਸੀ ਐੱਮ ਸਾਹਿਬ ਦਾ, ਜਿਮਨ ਸਾਹਿਬਾਨ ਦਾ, ਸਾਰਿਆਂ ਦਾ ਇੱਕ ਵਿਜ਼ਿਟ ਵੀ ਹੈ ਕੋਰੀਡੋਰ 'ਤੇ ਜਿੱਥੇ ਆਪਣਾ ICP ਦਾ ਅਤੇ NHI ਦਾ ਕੰਮ ਚੱਲ ਰਿਹਾ ਹੈ। ਉੱਥੇ ਜਾ ਕੇ ਉਹ ਮੌਕੇ 'ਤੇ ਚੱਲ ਰਹੇ ਕੰਮਾਂ ਦਾ ਵੀ ਰਿਵਿਊ ਕਰਨਗੇ, ਜਾਇਜ਼ਾ ਲੈਣਗੇ ਅਤੇ ਜਿਹੜੀ ਕਾਰ ਦੀ ਪ੍ਰੋਗਰੈਸ ਹੈ। ਕਾਂਗਰਸ ਹਾਈ ਕਮਾਂਡ ਦੀ ਮੁੱਖ ਪ੍ਰਧਾਨ ਬਣੀ ਬੀਬੀ ਸੋਨੀਆ ਗਾਂਧੀ ਵੱਲੋਂ 4 ਮਹੀਨੇ ਬਾਅਦ ਪੰਜਾਬ ਦੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਦਾ ਅਸਤੀਫਾ ਨਾ ਮਨਜ਼ੂਰ ਕਰਕੇ ਉਸ ਨੂੰ ਫਿਰ ਤੋਂ ਜੋਸ਼ ਨਾਲ ਕੰਮ ਕਰਨ ਨੂੰ ਕਹਿਣ ਨਾਲ ਪੰਜਾਬ ਕਾਂਗਰਸ ਭਵਨ ਤੇ ਸਮੁੱਚੀ ਪਾਰਟੀ ਵਿੱਚ ਨਵੀਂ ਜਾਨ ਤੇ ਰੂਹ ਵਾਪਿਸ ਆ ਗਈ ਹੈ। ਅੱਜ ਇੱਥੇ ਕਾਂਗਰਸ ਭਵਨ ਵਿੱਚ ਵਿਧਾਇਕਾਂ, ਸਾਬਕਾ ਮੰਤਰੀਆਂ ਅਤੇ ਸਾਬਕਾ ਵਿਧਾਇਕਾਂ ਸਮੇਤ ਜ਼ਿਲ੍ਹਾ ਪ੍ਰਧਾਨਾਂ ਅਤੇ ਕੈਬਨਿਟ ਮੰਤਰੀਆਂ ਨਾਲ 2.5 ਘੰਟੇ ਤੋਂ ਵੱਧ ਚਰਚਾ ਦੌਰਾਨ ਸੁਨੀਲ ਜਾਖੜ ਨੇ ਨਵੀਂ ਮੈਂਬਰਸ਼ਿਪ ਨੂੰ ਬੁਲਾਰਾ ਦੇਣ ਅਤੇ ਪਾਰਟੀ ਵਰਕਰਾਂ ਨੂੰ ਟ੍ਰੇਨਿੰਗ ਦੇਣ ਉੱਤੇ ਜ਼ੋਰ ਦਿੱਤਾ। ਅੱਜ ਜਿਹੜੀ ਸਾਡੀ ਮੀਟਿੰਗ ਸੀਗੀ MLA ਸਾਹਿਬਾਨ, ਮਿਨਿਸਟਰ ਸਾਹਿਬਾਨ, DCC ਪ੍ਰੈਜ਼ੀਡੈਂਟ, XMLA ਸਾਹਿਬਾਨ, ਬਾਕੀ ਆਫਿਸ ਬੀਰਰ, ਸਾਰੇ ਫਰੰਟ ਲੋ ਆਰਗਨਾਈਜੇਸ਼ਨ, ਯੂਥ ਕਾਂਗਰਸ, ਮਹਿਲਾ ਕਾਂਗਰਸ, ਜਿਹੜਾ ਪ੍ਰੋਗਰਾਮ ਸੋਨੀਆ ਜੀ ਨੇ ਕਾਂਗਰਸ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਲੈਣ ਦੇ ਬਾਅਦ ਜਿਹੜਾ ਉਲੂਕਿਆ ਹੈ ਉਹਨੂੰ ਲੈ ਕੇ ਅੱਜ ਆ ਮੀਟਿੰਗ ਸੀਗੀ, ਜਿਹਦੇ ਵਿੱਚ 150ਵਾਂ ਸਾਲ ਮਹਾਤਮਾ ਗਾਂਧੀ ਜੀ ਦਾ ਜਿਹੜਾ ਪੂਰਾ ਸਾਲ ਮਨਾਉਣ 'ਚ ਲਵਾਇਆ ਕਾਂਗਰਸ ਪਾਰਟੀ ਨੇ, ਉਹਦੇ ਵਾਸਤੇ ਲੋਕਾਂ ਤਾਈਂ ਉਹਨਾਂ ਦੇ ਸਿਧਾਂਤ, ਉਹਨਾਂ ਦੀ ਕਿਸ ਕਰਕੇ ਜਿਹੜੀ ਕੁਰਬਾਨੀਆਂ ਦਿੱਤੀਆਂ, ਕਿਹੜੇ ਉਹਨਾਂ ਨੇ ਪਦ ਚਿੰਨ੍ਹਾਂ 'ਤੇ ਚੱਲਣ ਵਾਸਤੇ, ਨੌਜਵਾਨਾਂ ਨੂੰ ਮੁਲਕ ਵਾਸਤੇ ਉਹਨਾਂ ਦਾ ਯੋਗਦਾਨ ਸੀ, ਉਹਨੂੰ ਲੈ ਕੇ ਪ੍ਰੋਗਰਾਮ ਲੋਕਾਂ ਤਾਈਂ ਲੈ ਕੇ ਜਾਇਆ ਜਾਵੇ। ਉਹਦੇ ਵਾਸਤੇ 2 ਤਰੀਕ ਨੂੰ ਅਕਰੋਸ ਦਾ ਕੰਟਰੀ, ਸਾਰੇ ਹਿੰਦੁਸਤਾਨ ਦੇ ਅੰਦਰ ਵੱਖ ਵੱਖ ਥਾਵਾਂ 'ਤੇ ਸਾਰੀ ਕਾਂਗਰਸ ਲੀਡਰਸ਼ਿਪ ਪਾਰਟੀਸਪੇਟ ਕਰਕੇ ਪਦ ਯਾਤਰਾ ਵੀ ਉਹ ਦਿਨ ਕਰਨਾ ਹੈ, ਉਹਦੇ ਵਾਸਤੇ ਵੀ ਪ੍ਰੋਗਰਾਮ ਉਲੀਕਣ ਵਾਸਤੇ ਸਾਰਿਆਂ ਨਾਲ ਰਾਏ ਕਰਨੀ ਸੀ। ਦੂਜਾ ਜਿਹੜਾ ਪ੍ਰੋਗਰਾਮ ਜਿਹਦੇ ਵਾਸਤੇ ਅੱਜ ਸਾਰਿਆਂ ਨੂੰ ਤਕਲੀਫ ਦਿੱਤੀ ਸੀ, ਉਹ ਦੂਜਾ ਏਜੰਡਾ ਆਈਟਮ ਸੀਗਾ ਮੁਲਕ ਦੇ ਜਿਹੜੇ ਆਰਥਿਕ ਹਾਲਾਤ ਹੈ, ਜਿਸ ਤਰ੍ਹਾਂ ਇਕਨੋਮਿਕ ਸਲੋ ਡਾਊਨ ਜਿਹਨੂੰ ਨਾਮ ਦੇ ਰਹੇ ਹੈ, ਜੋ BJP ਦੀ ਗਲਤ ਨੀਤੀਆਂ ਕਰਕੇ ਅੱਜ ਦੇਸ਼ ਦੀ ਅਰਥ ਵਿਵਸਥਾ ਜਿਹੜੀ ਚਰਮਰਾ ਰਹੀ ਹੈ, ਨਵੇਂ ਰੁਜ਼ਗਾਰ ਤਾਂ ਪੈਦਾ ਕੀ ਹੋਣੇ ਸੀਗੇ, ਆਲਰੇਡੀ ਜਿਹੜੇ ਐਗਜਿਸਟਿੰਗ ਰੁਜ਼ਗਾਰ ਸੀ ਉਹਨਾਂ ਤੋਂ ਲੋਕਾਂ ਨੂੰ ਵਾਂਝਾ ਹੋਣਾ ਪੈ ਰਿਹਾ ਹੈ, ਬੇਰੁਜ਼ਗਾਰ ਹੋ ਰਹੇ ਹੈ, ਜਿਹੜੇ ਲੱਗੇ ਰੁਜ਼ਗਾਰ 'ਚ ਸੀਗੇ ਉਹ ਬੇਰੁਜ਼ਗਾਰ ਹੋ ਰਹੇ ਹੈ। ਉਹਨਾਂ ਮਸਲਿਆਂ ਨੂੰ ਲੈ ਕੇ ਲੋਕਾਂ ਤਾਈਂ ਜਾਣੂ ਕਰਾਉਣ ਵਾਸਤੇ, ਲੋਕਾਂ 'ਚ ਜਾਗਰੂਕਤਾ ਪੈਦਾ ਕਰਨ ਵਾਸਤੇ ਸੜਕਾਂ 'ਤੇ ਉੱਤਰ ਕੇ ਉਹਦੇ ਵਾਸਤੇ ਪ੍ਰੋਗਰਾਮ ਨੂੰ ਸਾਰਿਆਂ ਨੂੰ ਉਹਦੇ ਵਾਸਤੇ ਗੱਲ ਕੀਤੀ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਹੀ ਮੁਲਕ ਦੀ ਆਰਥਿਕ ਵਿਵਸਥਾ ਡਾਵਾਡੋਲ ਹੋਈ ਹੈ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਸੰਬੰਧੀ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਦੇ ਵੱਖੋ ਵੱਖਰੇ ਧਾਰਮਿਕ ਸਮਾਗਮ ਕਰਾਉਣ ਅਤੇ ਵੱਧ ਰਹੇ ਟਕਰਾਅ ਬਾਰੇ ਪਾਰਟੀ ਪ੍ਰਧਾਨ ਨੇ ਕਿਹਾ ਮੁੱਖ ਮੰਤਰੀ ਠੀਕ ਸਟੈਂਡ ਲੈ ਰਹੇ ਹਨ। ਸੁਨੀਲ ਜਾਖੜ ਨੇ ਸਪਸ਼ਟ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਵਲ ਗੁਰਦੁਆਰਿਆਂ ਦੇ ਅੰਦਰ ਹੀ ਧਾਰਮਿਕ ਸਮਾਗਮ ਕਰਾਵੇ ਅਤੇ ਬਾਹਰ ਵਾਲੇ ਸਮਾਰੋਹ ਪੰਜਾਬ ਸਰਕਾਰ ਹੀ ਕਰਾਏਗੀ। ਤੀਜਾ ਜਿਹੜਾ ਪ੍ਰੋਗਰਾਮ ਸੀਗਾ ਮੈਂਬਰਸ਼ਿਪ
ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਡਰਾਈਵ ਕਰਨ ਵਾਸਤੇ ਤਾਂ ਕਿ ਕਾਂਗਰਸ ਦੇ ਨਾਲ ਲੋਕਾਂ ਨੂੰ ਜੋੜਿਆ ਜਾ ਸਕੇ, ਉਹਦੇ ਵਾਸਤੇ ਸਾਰਿਆਂ ਨਾਲ ਵਿਚਾਰ ਵਟਾਂਦਰਾ ਕਰਨਾ ਸੀ। ਅਤੇ ਇੱਕ ਜਿਹੜਾ ਚੌਥਾ ਪ੍ਰੋਗਰਾਮ ਸੀਗਾ ਟ੍ਰੇਨਿੰਗ ਪ੍ਰੋਗਰਾਮ, ਕਾਂਗਰਸ ਦੇ ਵਰਕਰਸ ਨੂੰ ਟ੍ਰੇਨਿੰਗ ਦੇਣ ਵਾਸਤੇ, ਉਹਦੇ ਵਾਸਤੇ ਅੱਜ ਆ ਮੀਟਿੰਗ ਸਾਰਿਆਂ ਨੂੰ ਬੁਲਾਈ ਸੀ, ਜਿਹਦੇ 'ਚ ਸਾਰੇ ਸਾਥੀਆਂ ਨੇ ਆਪਣੀ ਗੱਲਬਾਤ ਕੀਤੀ ਹੈ। ਅਤੇ ਇਸੇ ਕੜੀ ਦੇ ਵਿੱਚ ਬੜਾ ਜਲਦੀ ਇੱਕ ਸਾਰੇ, ਕਿਉਂਕਿ ਇੱਕ ਬਾਰਡਰ ਲੈਵਲ 'ਤੇ ਮੀਟਿੰਗ ਜਿਹੜੀ ਹੋ ਚੁੱਕੀ ਹੈ, ਬਾਕੀ ਜਿਹੜੇ ਡੀ ਸੀ ਸੀ ਦੇ ਪ੍ਰਧਾਨਸ ਹੈ ਉਹਨਾਂ ਨਾਲ ਬੈਠ ਕੇ ਡਿਸਟ੍ਰਿਕਟ ਪੱਧਰ ਦੇ ਉੱਤੇ ਉਸਨੂੰ ਕਿਸ ਤਰ੍ਹਾਂ ਫੋਲੋਅਪ ਕਰਨਾ ਹੈ, ਉਹ ਮੀਟਿੰਗ ਆਉਣ ਵਾਲੇ ਕੁਛ ਦਿਨਾਂ ਦੇ ਅੰਦਰ ਬੁਲਾ ਕੇ, ਜਿੱਦਣ ਆਸ਼ਾ ਕੁਮਾਰੀ ਜੀ ਹੋਣਗੇ ਇੱਥੇ ਉਹ ਦਿਨ ਬੁਲਾ ਕੇ ਦੁਬਾਰਾ ਤੋਂ ਇੱਕ ਮੀਟਿੰਗ ਕਰਾਂਗੇ। ਇਹਨਾਂ ਗੱਲਾਂ ਨੂੰ ਲੈ ਕੇ ਅੱਜ ਆ ਮੀਟਿੰਗ ਸੀਗੀ। ਥੈਂਕ ਯੂ। ਅਗਰ ਕੋਈ ਤੁਹਾਡਾ ਕੋਈ ਸਵਾਲ ਤੁਸੀਂ ਕਰਨਾ ਚਾਹੋ ਤਾਂ ਸਰ, ਔਨਗੋਇੰਗ ਪ੍ਰੋਸੈਸ ਹੈ। ਸਾਡੀ ਮੈਂਬਰਸ਼ਿਪ ਅਜੇ ਇੱਕ ਬੰਦ ਹੀ ਨਹੀਂ ਹੋਈ ਸੀ ਸਰ, ਚੱਲ ਰਹੀ ਸੀ, ਬਟ ਨਾਓ ਇਹਨੇ ਪ੍ਰੋਪਰ ਫਾਰਮੈਟ ਜਿਹੜੇ ਉਹ ਕਹਿੰਦੇ ਸਾਨੂੰ ਡਿਜੀਟਾਈਜ਼ ਕਰਕੇ ਦਿਓ। ਸ਼ਕਤੀ ਪ੍ਰੋਗਰਾਮ ਚਲਾਇਆ ਸੀ, ਦੈਟ ਇਜ਼ ਆਲਸੋ ਅਨਦਰ ਵੇ ਆਫ ਐਨਰੋਲਿੰਗ ਪੀਪਲ। ਸਾਡਾ ਹੁਣ ਜਿਹੜਾ ਜਿਹਦੇ ਕਰਕੇ ਸਾਰਿਆਂ ਨੂੰ ਬੁਲਾਉਣਾ ਸੀ, ਇਹ ਦੋ ਤਿੰਨ ਪ੍ਰੋਗਰਾਮ ਹੈ, ਇਹਨਾਂ ਨੂੰ ਮਰਜ ਕਰਕੇ ਇੱਕ ਸੈਂਟਰਲਾਈਜ਼ ਪ੍ਰੋਗਰਾਮ ਹੋਊਗਾ, ਜਿਹਦੇ ਵਿੱਚ ਵੱਖ ਵੱਖ ਕਰਨ ਦੀ ਬਜਾਏ ਸ਼ਕਤੀ ਪ੍ਰੋਗਰਾਮ ਸੀਗਾ ਫੀਡਬੈਕ ਲੈਣ ਵਾਸਤੇ। ਬਟ ਦੈਟਸ ਆਲਸੋ ਅਕਿਨ ਟੂ ਬੀਂਗ ਅ ਮੈਂਬਰਸ਼ਿਪ, ਬਿਕੋਜ਼ ਉਹਦੇ ਵਿੱਚ ਤੁਹਾਡਾ ਇਲੈਕਟੋਰਲ ਕਾਰਡ ਜਿਹੜਾ, ਇਲੈਕਟੋਰਲ ਜਿਹੜੀ ਆਈ ਡੀ ਹੈ, ਉਹਦਾ ਨੰਬਰ ਲੈ ਕੇ ਤੁਸੀਂ ਐਨਰੋਲ ਕਰਦੇ ਹੋ। ਪਰ ਉਹ ਮੈਂਬਰਸ਼ਿਪ ਫੀਸ ਜਾਂ ਪਰਫੋਰਮਾ ਜਿਹੜਾ ਬਣਨਾ ਹੈ ਉਹ ਇੱਕ ਅੱਡ ਹੈ, ਉਹਨਾਂ ਨੂੰ ਵੀ ਵਿਲ ਹੈਵ ਟੂ ਸਟ੍ਰੀਮ ਲਾਈਨ ਦੈਟ ਥਿੰਗ। ਇਸ ਕਰਕੇ ਨਵੰਬਰ 'ਚ ਚਾਲੂ ਕਰਾਂਗੇ, ਪਰ ਉਹਦੇ ਵਾਸਤੇ ਤਿਆਰੀ ਸੀ ਚਾਲੂ ਕੀਤੀ ਸਰ। ਬਟ ਮੈਂ ਤੁਹਾਡੇ ਜਿਹੜੇ ਕੰਟੈਕਸਟ 'ਚ ਤੁਸੀਂ ਪੁੱਛ ਰਹੇ ਹੋ, ਸਾਡਾ ਕੋਈ ਮਿਸਡ ਕਾਲ ਵਾਲੀ ਪਾਰਟੀ ਹੈ ਨਹੀਂ ਸਰ। ਬਿਕੋਜ਼ ਕਈ ਪਾਰਟੀਆਂ ਨੇ ਕੰਮ ਚਾਲੂ ਕਰ ਰੱਖਿਆ ਵੀ ਤੁਸੀਂ ਮਿਸਡ ਕਾਲ ਦਿਓ ਤੁਸੀਂ ਮੈਂਬਰ ਬਣ ਗਏ, ਨਹੀਂ ਸਰ, ਇਸ ਕਿਸਮ ਦੀ ਮੈਂਬਰਸ਼ਿਪ ਨਹੀਂ। ਸਾਡਾ ਜਿਹੜਾ ਮੈਡਮ ਸੋਨੀਆ ਗਾਂਧੀ ਜੀ ਨੇ ਸਪੈਸੀਫਿਕਲੀ, ਇਨਫੈਕਟ ਉਹਨਾਂ ਨੇ ਰਿਕੁਐਸਟ ਕੀਤੀ ਸੀ, ਸਾਰੇ ਮੁੱਖ ਮੰਤਰੀ ਸਾਡੇ ਕਾਂਗਰਸ ਰੂਲ ਸਟੇਟਸ ਦੇ ਬੈਠੇ ਸੀਗੇ, ਸਾਰੀ ਸੀਨੀਅਰ ਲੀਡਰਸ਼ਿਪ, ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਆਪ, ਈਵਨ ਮੁੱਖ ਮੰਤਰੀ ਸਾਹਿਬ ਵੀ ਜਾਣ ਬੂਥ 'ਤੇ, ਜਾਣ ਉਹਨਾਂ ਵਰਕਰਸ ਦੇ ਨਾਲ, ਕਿਤੇ ਜਾ ਕੇ ਕੁਛ ਬੂਥ 'ਤੇ ਜਾ ਕੇ ਜਿੱਥੇ ਲੋਕਾਂ ਨੂੰ ਐਨਰੋਲ ਕਰਨ ਵਿੱਚ ਆਪ ਜਾਣ, ਤਾਂ ਕਿ ਵਰਕਰ ਨੂੰ ਮਿਲੇ, ਇੰਟਰੈਕਟ ਵਿਦ ਦਾ ਜਿਹਨਾਂ ਨੂੰ ਐਨਰੋਲ ਕਰ ਰਹੇ ਹੋ ਉਹਨਾਂ ਨੂੰ ਜਾਣੂ ਵੀ ਕਰਾਓ ਵੀ ਕਿਹੜੇ ਕੰਮਾਂ ਨੂੰ ਲੈ ਕੇ ਅਸੀਂ ਅੱਗੇ ਚੱਲ ਰਹੇ ਹਾਂ, ਕਿਉਂ ਅੱਜ ਜ਼ਰੂਰੀ ਹੈ, ਅੱਜ ਦੇ ਹਾਲਾਤ 'ਚ ਵਾਈ ਇਜ਼ ਕਾਂਗਰਸ ਇੰਪੋਰਟੈਂਟ, ਕੀ ਦੇਸ਼ ਦੇ ਉੱਤੇ ਹਾਲਾਤ ਬਣੇ ਸੀ, ਬੇਸਿਕਲੀ ਇੰਟਰੈਕਸ਼ਨ ਦਾ ਮੌਕਾ ਮਿਲੇ, ਹਾਲਾਤ ਦੇ ਉੱਤੇ ਜਾਣੂ ਕਰਨ ਦਾ, ਚਰਚਾ ਦਾ ਮੌਕਾ ਮਿਲੇ, ਇਸ ਕਰਕੇ ਇਹਨੂੰ ਕੀਤਾ ਜਾ ਰਿਹਾ। ਵਾਧੇ ਘਾਟੇ ਵਾਲੀ ਗੱਲ ਨਹੀਂ, ਬਟ ਓਬਵੀਅਸਲੀ ਉਹਦੇ ਵਾਸਤੇ ਇਹਨਾਂ ਨਾਲ ਗੱਲ ਕਰਕੇ ਵੀ ਵਿਲ ਹੈਵ ਟੂ ਮੇਕ ਸਮ ਆਰਗਨਾਈਜੇਸ਼ਨਲ ਚੇਂਜਿਸ, ਸਾਨੂੰ ਕਰਨੇ ਪੈਣਗੇ, ਉਹ ਅਸੀਂ ਕਰਾਂਗੇ। ਇੱਕ ਪਰਟੀਕੁਲਰਲੀ ਇਹਨੂੰ ਲੈ ਕੇ, ਟ੍ਰੇਨਿੰਗ ਨੂੰ ਲੈ ਕੇ, ਐਨਰੋਲਮੈਂਟ ਨੂੰ ਲੈ ਕੇ, ਪ੍ਰੋਗਰਾਮ ਇੰਪਲੀਮੈਂਟੇਸ਼ਨ ਨੂੰ ਲੈ ਕੇ, ਕਿਸ ਤਰ੍ਹਾਂ ਇਹਨਾਂ ਨੂੰ ਕਰਨਾ ਹੈ, ਦੇ ਵਿਲ ਬੀ ਚੇਂਜਿਸ ਬਟ ਐਟ ਅ ਲੇਟਰ ਸਟੇਜ। ਲੈਟ ਮੀ ਆਨਸਰ ਦਾ ਸੈਕਿੰਡ ਕੁਐਸਚਨ ਫਸਟ। ਮੈਂ ਕਿਸੇ ਬਾਈ ਇਲੈਕਸ਼ਨ 'ਚ ਜਾਂ ਕਿਸੇ ਇਲੈਕਸ਼ਨ 'ਚ ਪਾਰਟੀਸਪੇਟ ਨਹੀਂ ਕਰ ਰਿਹਾ। ਲੈਟ ਮੀ ਸੈਟ ਦਾ ਰਿਕਾਰਡ ਸਟੇਟ, ਮੈਂ ਕਿਸੇ ਵੀ ਕਿਸਮ ਦੇ ਕਿਸੇ ਬਾਈ ਇਲੈਕਸ਼ਨ 'ਚ ਮੈਂ ਨਹੀਂ ਕੰਟੈਸਟ ਕਰ ਰਿਹਾ। ਹਾਂਜੀ, ਪਾਰਟੀ ਦੀ ਜ਼ਿੰਮੇਵਾਰੀ ਤਾਂ ਮੈਂ ਦੇ ਦਿੱਤੀ, ਮੈਂ ਪਾਰਟੀ ਵਾਲੀ ਸਾਂਭ ਰਿਹਾ ਜਿਹੜੀ ਜ਼ਿੰਮੇਵਾਰੀ ਮੇਰੀ। ਹਾਂਜੀ, ਨਹੀਂ ਸਰ, ਪਾਰਟੀ ਤੁਹਾਡੇ ਕੋਲ ਬੈਠੇ ਹੈ, ਇਟ ਇਜ਼ ਵਿਦ ਦਾ ਪਾਰਟੀ। ਪਾਰਟੀ ਨੇ ਸੁਨੀਲ ਜਾਖੜ ਜੀ ਸੇ ਪਹਿਲੇ ਹੀ ਪੁੱਛ ਲਿਆ ਥਾ ਕਿ ਵੁੱਡ ਯੂ ਬੀ ਇੰਟਰਸਟਿਡ ਟੂ ਕੰਟੈਸਟ, ਐਂਡ ਹੀ ਸੈਡ ਨੋ, ਐਂਡ ਦ ਪਾਰਟੀ ਰਿਸਪੈਕਟਸ ਹਿਸ। ਚਲੋ, ਇਸ ਗੱਲ ਵਾਸਤੇ ਪੁੱਛ ਲਿਆ ਜੀ, ਬਿਕੋਜ਼ ਆ ਤਾਂ ਸਾਹਮਣੇ ਖੜਾ, ਦਿਸ ਇਜ਼ ਰਾਈਟਿੰਗ ਔਨ। ਇੱਕ ਮਿੰਟ ਮੈਂ ਜਵਾਬ ਦੇ ਦਿਆਂ ਪ੍ਰਾਸ਼ਰ ਸਾਹਿਬ ਦਾ, ਪਲੀਜ਼ ਇੱਕ ਸੈਕਿੰਡ। ਬਾਜਾ ਸਾਹਿਬ ਨੇ ਕੁਝ ਪੁੱਛਿਆ, ਮੈਂ ਪ੍ਰਾਸ਼ਰ ਸਾਹਿਬ ਦੇ ਦੂਜੇ ਸਵਾਲ ਦਾ, ਜਿੱਥੇ ਤਾਂ ਇਹ ਤਿਆਰੀ ਦਾ ਸਵਾਲ ਹੈ ਸਰ। ਤਿਆਰੀ ਕੋਈ ਨਵੀਂ ਤਿਆਰੀ ਨਹੀਂ ਸਰ, ਹਾਥ ਕੰਗਨ ਕੋ ਆਰਸੀ ਕਿਆ, ਪੜ੍ਹੇ ਲਿਖੇ ਕੋ ਫਾਰਸੀ ਕਿਆ। ਹੁਣੇ ਇਲੈਕਸ਼ਨ ਹੋ ਕੇ ਹਟੇ ਹੈ, 4 ਮਹੀਨੇ ਪਹਿਲਾਂ ਮਈ ਦੇ ਵਿੱਚ ਰਿਜ਼ਲਟ ਤੁਹਾਡੇ ਸਾਹਮਣੇ ਆਇਆ। ਜੇ ਉਹੀ ਤਿਆਰੀ ਉਦੋਂ ਸੀ, ਆਹੀ ਤਿਆਰੀ ਹੁਣ ਹੈ ਸਰ। ਜਿਹੜੇ ਕੰਮ ਕੀਤੇ ਹੈ ਕਾਂਗਰਸ ਪਾਰਟੀ ਨੇ, ਜਿਹੜੇ ਕੈਪਟਨ ਸਾਹਿਬ ਦੀ ਰਹਿਨੁਮਾਈ ਦੇ ਅੰਦਰ, ਚਾਹੇ ਕਰਜ਼ਾ ਮਾਫੀ ਹੈ, ਚਾਹੇ ਅਸੀਂ ਪੈਨਸ਼ਨ ਵਧਾਈ ਹੈ, ਚਾਹੇ ਅਸੀਂ ਲੋਕਾਂ ਦੇ ਕੋਲ ਜਾ ਕੇ ਉਹਨਾਂ ਦੀ ਜੋ ਇਲਾਕੇ ਦੀ ਡਿਵੈਲਪਮੈਂਟ ਨੂੰ ਕੰਮ ਜਿਹੜੇ ਚਾਲੂ ਕੀਤੇ ਹੈ, ਉਹ ਸਾਡਾ ਉਹ ਤਿਆਰੀ ਹੈ। ਅਸੀਂ ਸੋਰੀ ਸਰ, ਦੇਖੋ ਸਰ, ਦਿਸ ਇਜ਼ ਆਨਗੋਇੰਗ ਇਸ਼ੂ ਹੈ, ਇੱਕ ਦਿਨ 'ਚ ਵੀ ਆਰ ਵੈਰੀ, ਕੈਪਟਨ ਸਾਹਿਬ ਇਜ਼ ਵੈਰੀ ਵੈਲ ਅਵੇਅਰ ਆਫ ਬਰਗਾੜੀ ਇਸ਼ੂ, ਹੀ ਇਜ਼ ਵੈਰੀ ਵੈਲ ਅਵੇਅਰ ਆਫ ਲੋਕਾਂ ਦੇ ਜਿਹੜੇ ਕੰਸਰਨ ਹੈ ਇਹਨੂੰ ਚਿੱਟੇ ਨੂੰ ਲੈ ਕੇ।
ਜਿਹੜੇ ਨਸ਼ੇ ਦੀ ਗੱਲ ਹੈ ਸਾਹਿਬ, ਅੱਜ ਕੱਲ੍ਹ ਨਾਮ ਬਦਲਤਾ। ਮੈਂ ਅੰਦਰ ਪੁੱਛ ਰਿਹਾ ਸੀਗਾ, ਬਿਕੋਜ਼ ਮੈਨੂੰ ਫਾਰਸੀ ਦਾ ਪਤਾ ਨਹੀਂ, ਮੈਨੂੰ ਕਿਸੇ ਨੇ ਦੱਸਿਆ ਸੀਗਾ ਵੀ ਜਿਹੜਾ ਸਫੇਦ ਵਰਡ ਹੈ ਉਹ ਨਾ ਹਿੰਦੀ ਦਾ ਵਰਡ, ਹਿੰਦੀ ਦਾ ਸ਼ਵੇਤ ਹੈ, ਜਿਹੜਾ ਸਫੇਦ ਵਰਡ ਹੈ ਫਾਰਸੀ ਦਾ ਸ਼ਬਦ ਹੈ। ਕਿ ਜਿਸ ਨਾਮ ਤੋਂ ਅੱਜ ਲੋਕ ਚਮਕਣ ਲੱਗੇ, ਜਿਹੜਾ ਸਾਰਾ ਪੰਜਾਬ ਚਿੱਟੇ 'ਚ ਰੰਗਤਾ, ਅੱਜ ਸੁਲਤਾਨਪੁਰ ਲੋਧੀ 'ਚ ਜਿਹੜੇ ਲੋਕ ਜਾ ਕੇ ਉਹਨੂੰ ਕਹਿੰਦੇ ਆ ਚਿੱਟਾ ਕਰਨ ਕਰਨ ਦੀ ਬਜਾਏ ਕਹਿੰਦੇ ਆ ਸਫੇਦ ਕਰਨ ਸੇਵਾ ਚਾਲੂ ਕੀਤੀ ਹੈ। ਉਹਨਾਂ ਲੋਕਾਂ ਦਾ ਵੀ ਸਾਨੂੰ ਪੂਰਾ ਧਿਆਨ ਹੈ ਸਾਹਿਬ। ਉਹ ਜਿਹੜੇ ਦੇਖੋ ਬਾਦਲ ਸਾਹਿਬ ਦਾ ਉਹਨਾਂ ਦੀ ਪਿੱਠ ਸੁਣਦੀ ਹੈ, ਮੈਂ ਉਹਨਾਂ ਨੂੰ ਦਾਤ ਦਿੰਦਾ ਵੀ ਇਸ ਕਰਕੇ ਉਹਨਾਂ ਨੇ ਕਿਹਾ ਵੀ ਲੌਂਗੋਵਾਲ ਸਾਹਿਬ ਨੂੰ ਵੀ ਤੁਹਾਨੂੰ ਪਤਾ ਨਹੀਂ, ਤੁਹਾਨੂੰ ਬਾਣੀ ਦੇ ਸ਼ਬਦ ਹੀ ਨਹੀਂ ਪਤਾ, ਉਹਨਾਂ ਨੂੰ ਪਤਾ ਸੀ ਵੀ ਸਫੇਦ ਅਤੇ ਚਿੱਟਾ ਕਿਉਂ ਹੋ ਰਿਹਾ। ਅਤੇ ਜਦੋਂ ਉਹਨਾਂ ਨੂੰ ਕੁੰਚੀ ਫੜਾਈ ਵੀ ਤੁਸੀਂ ਆਹ ਮਾਰ ਦਿਓ ਸਫੇਦਾ, ਉਹਨਾਂ ਨੇ ਕਿਹਾ ਨਹੀਂ ਕਾਕਾ ਜੀ ਤੋਂ ਕਰਵਾ ਲਓ। ਜਿਨ੍ਹਾਂ ਨੇ ਆਹ ਕੰਮ ਛੇੜਿਆ ਸਾਹਿਬ, ਉਹਨਾਂ ਦੀ ਜਵਾਬਦੇਹੀ ਬਣੂਗੀ, ਚਾਹੇ ਉਹ ਬਰਗਾੜੀ ਇਸ਼ੂ ਹੈ, ਜਿਨ੍ਹਾਂ ਨੇ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਦੋਜ਼ ਹੂਸਐਵਰ ਆਰ ਦਾ ਕਲਪ੍ਰਿਟ ਸਾਹਿਬ, ਦੇ ਵਿਲ ਬੀ ਹੈਲਡ ਅਕਾਊਂਟੇਬਲ, ਸਾਨੂੰ ਪਤਾ ਹੈ। ਪਰ ਪੰਜਾਬ ਦੀ ਜਿਹੜੀ ਡਿਵੈਲਪਮੈਂਟ ਹੈ, ਇਟ ਕੈਨ ਨੋਟ ਬੀ ਹੈਲਡ ਹੋਸਟੇਜ ਓਨਲੀ ਟੂ ਦਿਸ। ਸਾਰੇ ਕੰਮ ਇਕੱਠੇ ਚੱਲ ਰਹੇ, ਉਹ ਕੰਮ ਪ੍ਰਕਿਰਿਆ ਵੀ ਜਾਰੀ ਹੈ, ਉਹਦੇ 'ਚ ਅਸੀਂ ਵਚਨਬੱਧ ਹਾਂ, ਕਰਾਂਗੇ। ਅਤੇ ਡਿਵੈਲਪਮੈਂਟ ਦਾ ਕੰਮ ਵੀ, ਲੋਕ ਡਿਵੈਲਪਮੈਂਟ ਦੇਖ ਰਹੇ, ਡਿਵੈਲਪਮੈਂਟ ਵਾਸਤੇ ਵੋਟਾਂ ਦਿੱਤੀਆਂ ਉਹ ਵੀ ਕਰ ਰਹੇ ਸੀ। ਸਭ ਸਾਰਾ ਪ੍ਰੋਗਰਾਮ ਹੁਣ ਤੋਂ ਸਾਡੇ ਕੋਲ, ਆ ਜਿਹੜਾ ਹੁਣ ਸਮਾਂ ਹੈ ਸੜਕਾਂ 'ਤੇ ਉਤਰਨ ਦਾ ਸਮਾਂ ਹੈ ਸਾਹਿਬ। ਕਾਂਗਰਸ ਪਾਰਟੀ ਹੈਜ਼ ਬੇਸਿਕਲੀ, ਸਾਨੂੰ ਜਿਹੜਾ ਇਲਜ਼ਾਮ ਲੱਗਦਾ ਸੀ ਵੈਸੇ ਪੰਜਾਬ ਦੇ, ਤਾਂ ਅਸੀਂ 10 ਸਾਲਾਂ ਤੋਂ ਇਨ ਟ੍ਰੇਨਿੰਗ ਜਾਂ ਅੰਡਰ ਟ੍ਰੇਨਿੰਗ ਜਾਂ ਅਪੋਜੀਸ਼ਨ ਦਾ ਰੋਲ ਸਾਡੇ ਕੋਲ ਰਿਹਾ। ਅਤੇ ਹੁਣ ਵੀ ਆ ਜਿਹੜਾ ਲੈ ਕੇ ਲੋਕਾਂ ਤੱਕ ਜਾਗਰੂਕ ਅਸੀਂ ਕਰਾਂਗੇ, ਤਾਂ ਉਲੀਕ ਕੇ DCCs ਦੇ ਪ੍ਰੋਗਰਾਮ ਨਾਲ ਕਰਕੇ ਸਾਰਿਆਂ ਨੂੰ ਵਿਲ ਬੀ ਸਟਾਰਟਿੰਗ ਵੈਰੀ ਸੂਨ। ਬਿਲਕੁਲ ਸਾਹਿਬ, ਅੱਜ ਦੀ ਜਿਹੜੀ ਮੈਂ ਗੱਲ ਕਰਕੇ ਆਇਆ, ਦੇਖੋ ਜਿੱਥੇ ਤਾਈਂ ਪਾਰਟੀ ਨੇ ਜਿਹੜੀ ਉਹ ਵੀ ਕਾਂਗਰਸ ਪਾਰਟੀ ਦਾ ਏਜੰਡਾ ਸੀ, ਮੈਨੀਫੈਸਟੋ ਬਣਾਇਆ ਸੀ ਸਾਰਾ, ਇਟ ਵਾਜ਼ ਆਫਟਰ ਏ ਬਰੋਡ ਡਿਸਕਸ਼ਨ ਸਾਰਿਆਂ ਨਾਲ ਰਾਏ ਲੈ ਕੇ ਬਣਾਇਆ ਸੀਗਾ। ਕੈਪਟਨ ਸਾਹਿਬ ਆਪ ਨਬਜ਼ ਪਹੁੰਚਾਉਂਦੇ ਆ, ਨਬਜ਼ ਦੇਖ ਕੇ ਕਿਸਾਨਾਂ ਦੀ ਜਿਹੜੀ ਹੈ ਉਹ ਹੀ ਕੁੜਾ, ਮਤਲਬ ਉਹ 4 ਸਾਲ ਵੇਟ ਕਰ ਸਕਦੇ ਸੀ, ਆਖਰੀ ਸਾਲ 'ਚ ਆ ਕੇ ਕਹਿ ਦਿੰਦੇ ਜੀ ਮੈਂ ਹੁਣ ਅੱਖਾਂ ਪੂੰਝਣ ਵਾਸਤੇ ਕਰਨ ਲੱਗਿਆ, ਕਰਜ਼ਾ ਮਾਫੀ ਉਹਨਾਂ ਨੇ ਕੀਤੀ ਸੀ। ਜਿਹੜਾ ਉਹ ਏਜੰਡਾ ਹੈ ਉਹ ਕਾਂਗਰਸ ਪਾਰਟੀ ਦੀ ਸਰਕਾਰ ਜਿਹੜੀ ਹੈ ਕੈਪਟਨ ਸਾਹਿਬ ਦੀ ਰਹਿਨੁਮਾਈ 'ਚ ਕਰ ਰਹੀ ਹੈ, ਅਤੇ ਉਹ ਕਰਾਂਗੇ। ਜਿੱਥੇ ਤਾਈਂ ਵਰਕਰ ਦੀ ਗੱਲ ਕੀਤੀ ਹੈ ਸਾਹਿਬ, ਮੈਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ, ਮੈਂ ਅੱਜ ਮੇਰੇ ਸਾਥੀਆਂ ਨਾਲ ਜਿਹੜੀ ਗੱਲ ਕਰਕੇ, ਮੇਰਾ ਸਿੰਗਲ ਪੁਆਇੰਟ ਏਜੰਡਾ ਹੈ ਟੂ ਰੀਕਲੇਮ ਦਿਸ ਪਾਵਰ, ਟੂ ਵਿਦਡਰਾਅ ਦਿਸ ਪਾਵਰ ਫਰੋਮ ਦਾ ਆਫਿਸਿਸ, ਅਫਸਰਾਂ ਦੇ ਹੱਥੋਂ ਲੈ ਕੇ ਲੋਕਾਂ ਦੇ ਹੱਥ ਤਾਈਂ ਜਾਵੇ, ਆਹ ਮੇਰਾ ਏਜੰਡਾ ਹੈ। ਵਰਕਰ ਨੂੰ ਉਸ ਤਾਕਤ ਦਾ, ਜਿਸ ਵਰਕਰਵਾਦ ਨੇ ਪਿਛਲੇ 10 ਸਾਲ ਇਹਨਾਂ ਦੇ ਰਾਜ ਦੇ ਅੰਦਰ ਝੂਠੇ ਪਰਚੇ ਕਰਵਾਏ, ਧੱਕੇ ਸਹੇ, ਸ਼ਹਾਦਤਾਂ ਹੀ ਦਿੱਤੀਆਂ, ਬਹੁਤ ਸਾਰੇ ਲੋਕ ਇਹਨਾਂ ਨੇ ਮਾਰੇ ਵੀ ਹੈ, ਉਹਨਾਂ ਲੋਕਾਂ ਦੇ, ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਵੀ ਸਰਕਾਰ ਤੁਹਾਡੀ ਹੈ ਅਤੇ ਲੋਕਾਂ ਦੀ ਸੇਵਾ ਵਾਸਤੇ ਇਸ ਤਾਕਤ ਦਾ ਇਸਤੇਮਾਲ ਹੋਵੇ, ਨਾ ਕਿ ਕੁਣਬਾ ਪ੍ਰਸਤੀ ਵਾਸਤੇ। ਸਾਰੀ ਦੇਖੋ ਕਿਤੇ ਨਾ ਕਿਤੇ ਇਸ ਕਿਸਮ ਦੀਆਂ ਆ ਰਹੀਆਂ ਸਾਹਿਬ, ਕੁਣਬਾ, ਉਹ ਮੈਂ ਜਦੋਂ ਕੁਣਬਾ ਪ੍ਰਸਤੀ ਕਹਿ ਰਿਹਾ, ਕਈ ਲੋਕ ਮਿਲ ਕੇ ਉਸ ਕਿਸਮ ਦੀ ਆਪਣੇ ਕੁਲੀਗ ਜਾਂ ਇੱਕ ਕਲਿੱਕ ਨੂੰ ਕਰ ਰਹੇ ਹੈ, ਬਟ ਉਹ ਸਾਰਾ ਕੈਪਟਨ ਸਾਹਿਬ ਦੀ ਨਿਗਾਹ 'ਚ ਹੈ। ਪੋਲੀਟੀਕਲ ਪੀਪਲ ਜਿਨ੍ਹਾਂ ਲੋਕਾਂ ਨੇ ਆਹ ਸਰਕਾਰ ਬਣਾਈ ਹੈ, ਜਿਨ੍ਹਾਂ ਦੇ ਮਿਹਨਤ ਸਦਕੇ, ਜਿਨ੍ਹਾਂ ਦੇ ਹਿੰਮਤ ਕਰਕੇ ਆ ਸਰਕਾਰ ਬਣੀ ਹੈ, ਦੇ ਸ਼ੁੱਡ ਬੀ, ਦੇ ਆਰ ਨੋਟ ਓਨਲੀ ਦੇ ਆਰ ਅਕਾਊਂਟੇਬਲ ਟੂ ਦਾ ਵੋਟਰਸ, ਬਟ ਦੇ ਆਲਸੋ ਹੈਵ ਟੂ ਹੈਵ ਅਥਾਰਿਟੀ ਟੂ ਰਿਡਰੈਸ ਦੋਜ਼ ਇਸ਼ੂਜ਼। ਉਹਨਾਂ ਵਾਸਤੇ ਅਸੀਂ ਪੂਰਾ ਕੋਸ਼ਿਸ਼ ਕਰਕੇ ਉਹਨਾਂ ਨੂੰ ਬਣਦਾ ਉਹਨਾਂ ਦਾ ਮਾਨ ਸਤਿਕਾਰ ਕਰ ਸਕਦੇ। ਦੋ ਸਵਾਲ, ਇੱਕ ਸਵਾਲ ਦਾ ਜਵਾਬ ਮੈਂ ਦੇਊਂਗਾ, ਇੱਕ ਦਾ ਆਸ਼ਾ ਜੀ ਦੇਣਗੇ, ਚੇਅਰਮੈਨ ਬਣਾਉਣ ਵਾਲੀ ਗੱਲ ਆਸ਼ਾ ਜੀ ਕਹਿਣਗੇ। ਜਿੱਥੇ ਤਾਈਂ ਤੁਸੀਂ ਅਫਸਰਾਂ ਦੀ ਗੱਲ ਕੀਤੀ ਉਹਦਾ ਜਵਾਬ ਮੈਂ ਦੇਊਂਗਾ ਸਾਹਿਬ। ਤੁਸੀਂ ਕਿਹਾ ਉਹਨਾਂ ਦੀ ਟ੍ਰਾਂਸਫਰਾਂ ਕਰੋਗੇ, ਟ੍ਰਾਂਸਫਰ ਇਜ਼ ਨੋ ਪਨਿਸ਼ਮੈਂਟ ਸਾਹਿਬ, ਜਿਹੜਾ ਲਾਹੌਰ ਬੁੱਧੂ ਉਹ ਪਿਸ਼ੌਰ ਵੀ ਬੁੱਧੂ।
ਇੱਥੋਂ ਚੱਕ ਕੇ ਤੁਸੀਂ ਉੱਥੇ ਲਾ ਦਿਓਗੇ? ਮੈਂ ਦੇਖੋ ਮੈਂ ਬੜੇ ਸੋਚ ਸਮਝ ਕੇ ਵਰਡ ਇਸਤੇਮਾਲ ਕੀਤੇ ਆ, ਉੱਥੇ ਤਾਂ ਹੀ ਕੀਤਾ ਹੈ ਜਿੱਥੇ ਤਾਂ ਹੀ ਜਿਹੜਾ ਜਿੱਥੇ ਵੀ ਹੈ। ਸੋ ਇਟ ਇਜ਼ ਨੋਟ ਵੀ ਅਸੀਂ ਉੱਥੋਂ ਚੱਕ ਕੇ ਇੱਥੇ ਲਾ ਦੇਵਾਂਗੇ, ਉੱਥੇ ਜਾ ਕੇ ਧੱਕੇ ਕਰਨ ਲੱਗ ਜੂਗਾ। ਸਾਡਾ ਮੇਨ ਮਕਸਦ ਹੈ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਇਟ ਹੈਜ਼ ਟੂ ਬੀ ਰਿਸਪੋਂਸਿਵ ਟੂ ਦਾ ਨੀਡਸ ਆਫ ਦਾ ਪੀਪਲ। ਲੋਕਾਂ ਦੀ ਜਦੋਂ ਤਾਈਂ ਜੇ ਉਹ ਨਹੀਂ ਕਰ ਸਕਦੇ ਉਹਨਾਂ ਦੀ ਜਿਹੜੀ ਪ੍ਰੋਬਲਮਸ ਨੂੰ ਰਿਜ਼ੋਲਵ ਕਰਨ ਦੇ ਵਿੱਚ ਉਹਨਾਂ ਦਾ ਜੇ ਰਵੱਈਆ ਠੀਕ ਨਹੀਂ ਸਾਬ, ਦੇ ਵਿਲ ਨੋਟ ਬੀ ਟੋਲਰੇਟਡ ਐਂਡ ਆਈ ਥਿੰਕ ਟ੍ਰਾਂਸਫਰ ਟੂ ਅਕੋਰਡਿੰਗ ਟੂ ਮੀ ਇਜ਼ ਨੋ ਪਨਿਸ਼ਮੈਂਟ ਸਾਹਿਬ। ਉਹਦਾ ਮੈਂ ਬਿਨਾਂ ਮਤਲਬ ਇੱਕ ਥਾਂ ਪੰਗਾ ਚੱਕ ਕੇ ਦੂਜੇ ਥਾਂ ਪਾਸੇ ਤੋਰਤਾ, ਦੇ ਵਿਲ ਬੈਡ ਅਕਾਊਂਟੇਬਲ। ਚੇਅਰਮੈਨ ਵਾਲੀ ਜਿਹੜੀ ਗੱਲ ਹੈ ਉਹ ਆਸ਼ਾ ਜੀ ਤੁਹਾਨੂੰ ਉਹਦੇ 'ਤੇ ਚਾਨਣਾ ਪਾਉਣਗੇ। ਸਰ ਇੱਕ ਮਿੰਟ ਜਵਾਬ, ਜਦ ਵਿਧਾਨ ਸਭਾ ਕੇ ਚੁਣਾਵ ਹੋ ਰਹੇ ਥੇ, जब विधानसभा के चुनाव हो रहे थे उसी वक्त हम लोगों ने एक कमेटी बनी थी जिसमें कैप्टन अमरिंदर सिंह, क्योंकि वो पीसीसी प्रेसिडेंट थे, अपने चन्नी साहब सीएलपी लीडर थे, कैंपेन कमेटी की चेयरमैन अंबिका जी थी, सब ने बैठ करके जो वर्कर्स थे वेरियस कैटेगरीज के वो लिस्ट आउट किए। आप कुछ चेयरमैन की बात कर रहे हैं कि कुछ अफसर लगे, कुछ लगते ही अफसर हैं, वो एक्स ऑफिशियो पोस्ट होती है विच बाय एन एक्ट। Just a minute, will you let me finish? आप question कर रहे थे, हमने आपको नहीं रोका। जो तो ex officio है वो है। जहाँ तक political का सवाल है, certainly सुनील जाखड़ जी, me, captain साहब and even तब तक Mr. हरीश चौधरी, वो हमारे साथ secretary थे, हम लोग सब ने बैठ के बातचीत करके नाम जो है shortlist किए, राहुल गांधी जी तक भी भेजे और राहुल गांधी जी से भी approve होके आए। अब सोनिया गांधी जी हैं, देर इज नो सच थिंग एज कि पोलिटिकल इनपुट नहीं ली जाती, देर इज नो सच थिंग, इट्स ऑल पोलिटिकल। सॉरी, देखिए ये नाउ यू आर गोइंग इन टू थिंग विच आर नथिंग टू डू विद द प्रेस कॉन्फ्रेंस, लेट्स कम बैक। आप पूछ रहे थे कब से कार्यक्रम चालू कर रहे हैं, इट्स ऑन द सेकेंड। देखिए मेरी बात सुनिए, इस मीटिंग में किसी ने ऐसी कोई बात नहीं कही जो आप कह रहे हैं। इस मीटिंग व्हाट्सएप यूनिवर्सिटी से दूर रही है, इन्होंने मीटिंग के अंदर बात कही, किसी ने ऐसी बात नहीं कही जो ये कह रहे हैं। मीटिंग के अंदर जो चर्चा हुई, कोई विधायक बोला ही नहीं, तो कौन से विधायक ने ये बोलना है? किसने? कौन? बट ही डिड नॉट स्पीक इन द मीटिंग, ही वॉज नॉट वन ऑफ द स्पीकर्स इन द मीटिंग। हर फैसला जो है वो जाखड़ साहब को इन कंसल्टेशन लेके ही किया जाता है। देखिए बिल्कुल जो आप कह रहे हैं इट्स अ वेरी बेसिक फंडामेंटल इश्यू साहब। इसमें टू पुट द मैटर स्ट्रेट, सबसे पहले मैं कहना चाहूंगा आई डू नॉट अप्रूव इन द मैनर जिस तरीके से बैंस साहब ने वहां पे बिहेव किया। बट एट द सेम टाइम मैं समझता हूं कि सबसे प्राइमरी जिम्मेवारी ऑफिसर्स की लोगों की समस्याएं हल करने की एंड इन ए प्रॉपर डिसेंट वे। उस अगर आप वीडियो क्लिप को आप देखें, आई थिंक उसमें कहीं भी आई एम नॉट ट्राइंग टू स्पीक ऑन बिहाफ ऑफ एनी एडमिनिस्ट्रेटिव ब्यूरोक्रेट, बट ही इज टोटली एंड आई थिंक कंप्लीटली विद इन हिज लिमिट्स एंड बड़े प्रॉपर डेकोरम के साथ बात कर रही है। बट अकेला डेकोरम ऑल्सो डजंट सर्व, इश्यूज हैव टू बी एड्रेस्ड। और इस मसले को लेके जो ऑफिसर साहबान है, दैट्स व्हाट आई सेड, उनको रिस्पॉन्सिव होना पड़ेगा, दे हैव टू बी हेल्ड अकाउंटेबल। बट एट द सेम टाइम देखो अपोजिशन में हम भी रहे हैं साहब, 10 साल तक हमने भी किए हैं, सारी जगह जाके किए हैं, पर एक
काम करने का तरीका है, आप अपनी बात कहिए, मजबूती से कहिए, परंतु मर्यादाओं के घेरे में रह के कहें तो बेहतर है। इससे मैं समझता हूं कि सारी राजनीतिक जमात के ऊपर उंगली खड़ी रहती है। आज उस मुद्दे की बात कोई नहीं कर रहा, बात ये कर रहा है कि उनके आपस में तू तड़ाक हुई, वो बात करने का तरीका है ना। आई थिंक उनके पास प्रिविलेजेस कमेटी में आके अपनी बात भी रख सकते थे अगर डीसी ने, बट एज फार एज आई सीन आई थिंक ही इज बिहेविंग इन अ वेरी डिसेंट मैनर। डीसी देर इनको दास कर सकते जी सर, देखो जिथे तक अंकड़ों का सवाल है, मैं थोड़ा पहले दसिया भी 164 दे 140 हुई है परसेंटेज, चाहे सरसा साहब कह, कोई मजीठिया साहब कोई कह, मैं उन्होंने कहना भी आता बड़ा खिलारा हो जूगा, परसेंटेज 13 में 48% कड़ लैन हाथ कोई, मैं कहना हाथ कंगन को आरसी क्यार पड़े, नतीजा जोड़ा है वो थोड़ा उन्होंने सामने है भी जिनी परसेंटेज सामने आई है बिकॉज जोड़े वायदे पूरे किए वो करके 13 में 48 सीटा आई हैं। मैं मानता भी साडा जोड़ा मिशन सगा मिशन 13 सगा वो पूरा नहीं हो सकया, बट स्टिल जिते तीन अंकड़े का सवाल है अंकड़े कड़ लैन, परसेंटेज नहीं समझ आती सरसा साहब न या मजीठिया साहब गिणती में बहुत माहिर है, एक एक दवानी इन्होंने जिस तरह ने छोड़ी सारी गल पता है, पर जे परसेंटेज कड़ लैन जिथे तीन सवाल है भी वादे बाकी पूरे करने वाले है उन्होंने सरसा साहब न कहो, उन्होंने तो आँच आनी नहीं, जेडे असल वादा पूरा करने वाला पाया वो घरे आँच आऊगी उन्होंने पूछ लैन, क्योंकि वो बेअदबी वाले भी आने हैं, वो चिट्टे वाले भी आने हैं, वो सारे ही आने, उन्होंने को थोड़ा धैर्य रखन पेशेंस रखन, उन्होंने भी तुम्हारा नंबर भी लगेगा। सॉरी हाँ जी, देखो एडा वड्डा मुद्दा है जिहदे उत्ते इन्होंने मैनू अपने आप नू पंथ दे रखवाले कहिंदे सी, पंथ रतन बजदे है ते अज गल्लां कर रहे हैं कहिंदे जी अकाल तख्त साहब की इन्होंने बेकदरी कर दी, उन्होंने लोगों को शर्म नहीं आती जिन्होंने अकाल तख्त के जथेसार जथेदार साहब नू घरे बुला बुला के कहा सी भी फिल्म के वास्ते परमिशन दे दिओ, छज तां बोले छालनी बोली जाती है, किहड़े गल्लों गल कह रहे अकाली दल वाले, किस तरह कह सकते हैं बेकार किने तोहीन की। गुरु नानक देव जी का जिहड़ा 550 साल गुरपुरब है बड़े धूमधाम मनाया जाऊगा, सानू कदर करनी आती है हरेक, मैं समझदा भी कले सिख कौम की गल नहीं, हरेक पंजाबी हरेक व्यक्ति जिहड़ा है उस पावन स्थान की अकाल तख्त साहब की कनी निम के गल करता है। यह जिहड़े लोग है कैप्टन साहब ने बिल्कुल सही बयान दिता है, दीज काइंड ऑफ फिब्स एंड लाइज आई थिंक डू नॉट बिहेव, जिन्हों के उत्ते एडा वड्डा उन्होंने पंथ रतन का तगमा दिता हो, मैं बादल साहब को रिक्वेस्ट करूँगा भी इस गल्लों तो बाकियों समझा परहेज कर मिलजुल के मनाइए, वो अपने दायरे से कैप्टन साहब ने बिल्कुल क्लीयर किया भी वह गुरद्वारा साहब के अंदर वो कर बहर जो सरकार का कम है सरकार करे, जोड़ा कम इन्हों करना चाहिए अकाली दल वाले जोड़े है MP उन्होंने आ करना चाहिए भी जाके अज कहते भी वो कॉरीडोर सारा सरकार बना रही है, उस 3200 करोड़ रुपये का प्रोजेक्ट बना के केंद्र को भेजा सगा, तो वह 500 करोड़ रुपये की गल करी जाते, नंदेड़ साहब जो किया है डॉक्टर मनमोहन सिंह ने उदो 1100 करोड़ रुपये कल नंदेड़ साहब के अंदर लगे थे साहब जी सर, आ गए सर उन्होंने सुन के तुम अपनी गल करो, तुम डोंट स्पीक ऑन बिहाफ ऑफ समबडी प्लीज। हाँ जी देखो कद तक तो साहब है जोड़े है इट्स ए वेरी कॉम्प्लीकेटिड प्रोसैस, वो कहना इन्होंने होर गुंजल पाती है जोड़ा जो कुछ किया, देखो तुम बड़े गहरे डूंगे जर्नलिस्ट हो, तुम इतिहास कढ़ के देखो किन्ने CBI ने इन्ने छेते छेती थोड़े समय के अंदर किन्नी क्लोजर रिपोर्ट पाई है, आ तो दस दौ आ नहीं बोलते, कोई नहीं बोलता इस गलते जे हूँ कहते हैं वायदे पूरे करो, इन्हों को उन्होंने कह खट्टर साहब न भी परमिशन दे दें भी सवेरे बुला के उन्होंने इंटरोगेट कर लीए। किन्ने
सब कोई MLA नाराज नहीं, नाराजगी करके किसी नू एडवाइजर नहीं बनाया गया। मैं अंदर भी आ गल कह के आया हूं, मैं थोड़े सामने भी कह रहा। देखो राजनीतिक सेटअप के अंदर सलाह वही दे सकता है जिन्हें राजनीतिक इम्तिहान पास किया हो, जिहड़ा दूजे इम्तिहान दे के बन के आके लग्या ना उन्होंने सलाह देने का कोई अधिकार नहीं। सब मैं हटा नहीं, उन्हों की सलाह उत्थे तो ही रहे। राजनीतिक सलाह जी है प्रेफरेंस शुड बी गिवन, इस करके कैप्टन साहब ने जोड़े लाए है उन्होंने वो राय देना बनते हैं, क्योंकि उस अग चो निकले है साहब। उन्होंने पता है किमें जाके लोगों को विचरी है, लोगों की समस्या कागजा या इतने सैक्रटेरीएट से बैठ के पूरी नहीं होंगी। तो कैप्टन साहब ने बिल्कुल सही किया, जिथे लोड पेगी साहब उन्ने बंदे लाए जाएंगे। तो जिथे ती ए लोग छींटाकशी कर रहे हैं भी इन्होंने जी अलाओ तो 17 मिनिस्टर तो एक चीफ मिनिस्टर सीगा तो इन्होंने 5 होर लाते। मैं एक सवाल इन्होंने को पूछना चाहना, बादल साहब न 2007 च आते इन्होंने जो CPS लाए थे विधानसभा च, मैं पूछा सीगा वो रिकॉर्ड तो है तुम कढ़ा के देख लो, कहो तो मैं डेट देख के कट दूंगा। बादल साहब ने कहा जाखड़ साहब उदों असी अपोजिशन से हूँ असी सरकार च हाँ, तो उन्होंने फैसला 26 सीगे CPS इन्होंने जेडे इतों हाईकोर्ट ने 2016 से खारिज किए थे, उन्होंने तनखा वापस मुड़ाई थी भी वापस मोड़ो। जेडे आम आदमी पार्टी वाले बोल रहे हैं उन्होंने 21 MLA अजे भी मेरे ख्याल उन्होंने डिसक्वालीफिकेशन की, क्योंकि उन्होंने बनाते से केजरीवाल साहब ने तो कानून भी चेंज करवाने की कोशिश की थी भी मैं उन्होंने लीगल बना दिया, वो नहीं हो सके। वो किहड़े मूँह नाल कर रहे सब एडवाइजर वास्ते कह रहे, एडवाइजर आर रिक्वायर्ड सही एडवाइस देन। आ कोई प्रेजिडेंस प्रेजिडेंशियल फॉर्म ऑफ गवर्नमेंट है नहीं भी अफसर ही राय देंदे रहन, इट इज़ आई थिंक प्रेरोगेटिव चीफ मिनिस्टर भी जेडे राजनीतिक बंदे है वो अपनी सलाह देन, और दे फील द पल्स ऑफ द पीपल, लोगों की नर्व्स है जी। देखो प्रताप सिंह बाजवा जी सीनियर कांग्रेस के लीडर है, उन्होंने हर सलाह कैप्टन साहब बड़ी गंभीरता नाल लेंदे है, तो वो बतौर MP है फॉर्मर PCC प्रेजिडेंट है, उन्होंने मैं लगता नहीं कोई नौबत भी उन्होंने सलाहकार लाने की जरूरत है। इस करके असी हाँ बिटा सब बिल्कुल असी दूजे दी गलतियां तो सीखते हैं सर। एक पासे 26 एक पासे 6 जिन्नी जरूरत है उन्ना ही काम किया जाऊगा। तो सब तो वड्डी गल है भी उन्होंने वांगू साढ़े वाले जो सलाहकार है वो कोई फाइनैशियल बर्डन सरकार पर है नहीं, कोई किसी किस्म की इंप्लीकेशन है नहीं। तो असी जिहड़ा गलत काम उन्हें गलत कहांगे, जिहड़ा सही काम है वो मैं समझदा लोग भी सारा कुछ समझ जी। देखो हरेक आदमी की अपनी अपनी सोच है, इतने इस तरह नहीं BJP वाली सरकार मोदी साहब की नहीं भी किसी को बोलने की इजाजत ना आए, उन्होंने अपने विचार रखे है एंड ही इज ग्रेसफुली रिजेक्टेड। जिन्हें लोगों ने समझा भी इस पोजिशन के राही असं लोगों की सेवा कर सकते हैं, दे हैव ऑप्टेड फॉर इट, इस से कोई मेरे ख्याल से बुराई नहीं। यू शुड उन्होंने कंप्लीमेंट करना चाहिए सरकार प्रगट सिंह जी को, समझ मैं सक्षम हाँ बिना सौदे दौ कर रहे अपना काम जी। नहीं पर साहब तुम कुछ कह रहे थे। हाँ जी कितों फंडिंग हुई सी? आर्मीनिया। देखो दिस इज अ हार्श रियलिटी साहब, आप अखा मीच के बह जाइए भी सब कुछ अच्छा हो गया। मैं एक तो देखो सारे ने वेलकम किया, मैं भी वेलकम करता भी आ जी ब्लैकलिस्ट है खत्म हुई है, बट एट द सेम टाइम एदा की मतलब है भी उत्थे खालिस्तान की मूवमेंट सारी खत्म होगी? एक पासे सानू डराया जा रहा है भी 2020 सामने आया खड़ा है, एक पासे BJP वाले कह देंगे ए भी यह गलत किया जी तुम आ लांघा खोल रहे हो, BJP वाले ने सब तो वड्डा इल्जाम लाया लांघा खोल रहे हो उतों टेररिस्ट आ जाएंगे,
then how do you reconcile these two facts up? ਇਹ ਗੱਲ ਬੀਜੇਪੀ ਵਾਲਿਆਂ ਨੂੰ ਜਵਾਬ ਦੇਣੀ ਪਊਗੀ ਵੀ ਐਪਰੀਸ਼ੀਏਟ ਵੀ ਕਿਸੇ ਬੰਦੇ ਨੂੰ ਇਸ ਗੱਲ ਦਾ ਜਮ੍ਹਾਂ ਉਹਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਵੀ ਕਿਸੇ ਟਾਈਮ ਬਣੀ ਸੀ ਕੀ ਹਾਲਾਤਾਂ 'ਚ ਬਣੀ ਸੀ ਬਟ ਸਾਨੂੰ ਆਪਣੇ ਸਿਕਿਉਰਿਟੀ ਫੋਰਸਿਸ 'ਤੇ ਕੌਨਫੀਡੈਂਸ ਹੈਗਾ ਪੰਜਾਬ ਨੂੰ ਕੌਨਫੀਡੈਂਸ ਹੈ ਅਤੇ ਚਾਹੇ ਸਾਡੇ ਵਿਰੋਧ ਦੀ ਸਰਕਾਰ ਬੈਠੀ ਹੈ ਸਾਨੂੰ ਆਪਣੀ ਸੈਂਟਰਲ ਏਜੰਸੀਜ਼ 'ਤੇ ਵੀ ਪੂਰਾ ਭਰੋਸਾ ਹੈ ਵੀ ਕਿਸੇ ਵੀ ਕਿਸਮ ਦੀ ਇਸ ਕਿਸਮ ਦੀ ਇੰਟਰਫੀਰੈਂਸ ਕੋਈ ਅਰਮੀਨੀਆ ਤੋਂ ਕਰੇ ਕੋਈ ਕੈਨੇਡਾ ਤੋਂ ਕਰੇ ਕੋਈ ਇੰਗਲੈਂਡ ਤੋਂ ਕਰੇ ਇਹ ਜਿਹੜੇ ਟਾਵੇਂ ਟਾਵੇਂ ਲੋਕ ਕਈ ਜਿਹੜੇ ਤੁਰੇ ਫਿਰਦੇ ਆ ਜਿਨ੍ਹਾਂ ਨੇ ਇੱਕ ਰੋਜ਼ੀ ਰੋਟੀ ਦਾ ਮਾਧਿਅਮ ਬਣਾ ਰੱਖਿਆ ਅਤੇ ਉਹ ਫੀਲੇ ਬਣੇ ਫਿਰਦੇ ਆਈਐਸਆਈ ਦੇ ਹੱਥ 'ਚ ਉਹਨਾਂ 'ਤੇ ਸਾਨੂੰ ਨਿਗਾਹ ਰੱਖਣੀ ਪਊਗੀ ਚਾਹੇ ਉਹਨਾਂ ਦੇ ਨਾਂ ਉਹਦੇ ਵਿੱਚ ਬਲੈਕ ਲਿਸਟ 'ਚ ਹੈ ਚਾਹੇ ਚਿੱਟੀ ਲਿਸਟ 'ਚ ਪਾ ਲਿਆ ਚਾਹੇ ਕਾਲੀ ਲਿਸਟ 'ਚ ਪਾ ਲਿਆ ਇਹ ਜਾਂ ਤੋਂ ਸਾਨੂੰ ਨਿਗਾਹ ਰੱਖਣੀ ਪਊਗੀ ਆਪਣੀ ਸਿਕਿਉਰਿਟੀ ਦੇ ਵਿੱਚ ਵੀ ਵਿਲ ਨੋਟ ਐਕਸੈਪਟ ਐਂਡ ਟੋਲਰੇਟ ਐਨੀ ਕੰਪਰੋਮਾਈਜ਼ ਜੀ ਜੀ ਬਾਬਾ ਸਾਹਿਬ ਸਰਕਾਰ ਨੇ ਉਹਦੇ ਵਿੱਚ ਇੱਕੋ ਤਰੀਕਾ ਉਸ ਵੇਲੇ ਦੀ ਸਰਕਾਰ ਕੋਈ ਨਹੀਂ 2004 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਥਾਪਨਾ ਦਿਵਸ ਦਾ 400 ਸਾਲ ਦਾ ਮਨਾਇਆ ਉਹਦੇ ਵਿੱਚ ਵੀ ਸ਼੍ਰੋਮਣੀ ਕਮੇਟੀ ਨੇ ਹੀ ਲੀਡ ਕਰਕੇ ਸਾਰਾ ਫੰਕਸ਼ਨ ਕੀਤਾ ਸਰਕਾਰ ਨੇ ਉਸ ਵੇਲੇ ਦੀ ਨਹੀਂ ਜਦੋਂ ਕਿ ਕੈਪਟਨ ਸਾਹਿਬ ਦੀ ਸਰਕਾਰ ਸੀ ਇਹਨਾਂ ਨੇ ਉਹਦੇ ਵਿੱਚ ਉਹ ਇਹ ਕੀ ਕਾਰਨ ਹੈ ਕਿ 550 ਸਾਲਾਂ ਜਦੋਂ ਸ਼੍ਰੋਮਣੀ ਕਮੇਟੀ ਆਪਣੇ ਤੌਰ 'ਤੇ ਹੀ ਮਨਾ ਰਹੀ ਆ ਸਾਰੇ ਲੋਕਾਈ ਨੂੰ ਨਾਲ ਲੈ ਕੇ ਕਰ ਰਹੀ ਆ देर आर नो टू पैरेलल फंक्शन साहब कैप्टन साहब इज कोऑपरेटिंग इन टू द फुलेस्ट एक्सटेंट पॉसिबल अज तुसी देखिया होना पता नहीं मीटिंग हुई है कि नहीं रंधावा साहब नूं भेजिया है बट जिहड़ी गल तुसी कह रहे हो फर्क की है ਬਾਦਵਾ ਸਾਹਿਬ ਫਰਕ ਹੈ ਉਸ ਟਾਈਮ ਐਸ ਜੀ ਪੀ ਸੀ ਪਿੱਠੂ ਹੈ ਨਹੀਂ ਸੀ ਉਹ ਪਿੱਠੂ ਹੈ ਨਹੀਂ ਸੀ ਸਾਹਿਬ ਦੇ ਵਰ ਪੀਪਲ ਦੇਖੋ ਸਾਹਿਬ ਐਸ ਜੀ ਪੀ ਸੀ ਦੇ ਵਿੱਚ ਜਿਸ ਸਾਹਿਬ ਐਸ ਜੀ ਪੀ ਸੀ ਇੰਸਟੀਟਿਊਸ਼ਨ ਨੂੰ ਇਹਨਾਂ ਨੇ ਇੰਨਾ ਇਸ ਕਦਰ ਨਹੀਂ ਲਿਆ ਜਿਹੜੇ ਲੋਕ ਬੈਠੇ ਹੈ ਉੱਥੇ ਉਹ ਲੋਕ ਜੇਬਾਂ 'ਚੋਂ ਨਹੀਂ ਨਿਕਲਦੇ ਸੀਗੇ ਉਹ ਕਿਰਦਾਰ ਦੇ ਲੋਕ ਸੀ ਜਿਨ੍ਹਾਂ ਨੇ ਆਪਣੀ ਛੋਟੀ ਸੋਚ ਕਰਕੇ ਇੱਕ ਮਿੰਟ ਨਾਗਰਾ ਸਾਹਿਬ ਉਹਨਾਂ ਦੀ ਛੋਟੀ ਸੋਚ ਕਰਕੇ ਮੈਂ ਇਸੇ ਕਰਕੇ ਤੁਹਾਡੇ ਤੋਂ ਪਹਿਲਾਂ ਬੇਨਤੀ ਕੀਤੀ ਹੈ ਬਾਦਲ ਸਾਹਿਬ ਨੂੰ ਬੇਨਤੀ ਕਰੂੰਗਾ ਰਾਜਨੀਤੀ ਕਰਨ ਦਾ ਅਖਾੜਾ ਹੋਰ ਬਹੁਤ ਹੈ ਦੇਖੋ ਪਵਨ ਇਸ ਦਿਹਾੜੇ ਦੇ ਉੱਤੇ ਸਾਨੂੰ ਐਡੀ ਛੋਟੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਅਸੀਂ ਕਦਰ ਕਰਦੇ ਹਾਂ ਅਕਾਲ ਤਖਤ ਸਾਹਿਬ ਦੀ ਅਸੀਂ ਕਦਰ ਕਰਦੇ ਹਾਂ ਐਸ ਜੀ ਪੀ ਸੀ ਦੀ ਇੰਸਟੀਟਿਊਸ਼ਨ ਦੀ ਉਹਦੇ ਵਿੱਚ ਇਸ ਕਿਸਮ ਦੀ ਆ ਮਦਾਨੀ ਨਾ ਮਾਰਨ ਲੋਕ ਆਪਣੇ ਰਾਜਨੀਤਿਕ ਮੰਤਵ ਵਾਸਤੇ ਅਤੇ ਸਰਕਾਰ ਪੂਰੀ ਤਰ੍ਹਾਂ ਪੂਰੇ ਬਣਦੇ ਮਾਨ ਸਤਿਕਾਰ ਦੇ ਨਾਲ ਅਸੀਂ ਮਨਾਵਾਂਗੇ ਪਹਿਲਾਂ ਵੀ ਮਨਾਏ ਤੇ ਹੁਣ ਵੀ ਕੈਪਟਨ ਸਾਹਿਬ ਇਸ ਫੁੱਲੀ ਰੀਕਨਸਾਈਲ ਪੰਜਾਬ ਦੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਸੁਰੱਖਿਆ ਵਿਵਸਥਾਵਾਂ ਕਿਵੇਂ ਦਮ ਤੋੜ ਰਹੀ ਹੈ ਇਸ ਨੂੰ ਬਿਆਨ ਕਰਦੀ ਵੱਡੀ ਖਬਰ ਸਾਹਮਣੇ ਆਈ ਹੈ ਰਜਿੰਦਰਾ ਹਸਪਤਾਲ 'ਚ ਬੁਰੀ ਹਾਲਤ 'ਚ ਇਲਾਜ ਕਰਵਾ ਰਹੇ ਇਸ ਨੌਜਵਾਨ ਦਾ ਨਾਮ ਹਰਮਨ ਹੈ ਜਿਸ ਤੇ ਹਮਲਾ ਕਰਕੇ ਲਹੂ ਲੁਹਾਨ ਕਰ ਦਿੱਤਾ ਗਿਆ ਜ਼ਖਮੀ ਦੇ ਦੋਸਤਾਂ ਮੁਤਾਬਿਕ ਇੱਕ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਉਹਨਾਂ ਕੋਲ ਆਇਆ ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ ਉੱਥੇ ਇੱਕ ਸ਼ਰਾਬੀ ਬੰਦਾ ਆਇਆ ਅਤੇ ਸਾਨੂੰ ਬਿਨਾਂ ਗੱਲ ਤੋਂ ਗਾਲਾਂ ਕੱਢਣ ਲੱਗ ਗਿਆ ਅਤੇ ਇੱਕ ਮੁੰਡਾ ਸਾਡੇ ਕੋਲ ਹੋਰ ਆ ਕੇ ਖੜ ਗਿਆ ਫਿਰ ਉਹਨੂੰ ਗਾਲਾਂ ਕੱਢਣ ਲੱਗ ਗਿਆ ਅਤੇ ਅਸੀਂ ਕੁਛ ਨਹੀਂ ਕਰਿਆ ਅਤੇ ਅਸੀਂ ਚੁੱਪ ਚਾਪ ਬੈਠੇ ਸੀ ਅਤੇ ਇਹਨੇ ਜੀ ਸਾਡੇ ਕੁੱਟਣ ਲੱਗ ਗਿਆ ਮਾਰਨ ਲੱਗ ਗਿਆ ਅਤੇ ਅਸੀਂ ਇੱਕ ਵਾਰੀ ਦੂਰ ਹੋ ਗਏ ਉੱਥੋਂ ਵੀ ਇਹ ਸ਼ਰਾਬੀ ਬੰਦਾ ਇਹਦਾ ਕੀ ਹੈ ਵੀ ਵਗ ਜੂਗਾ ਅਸੀਂ ਦੂਰ ਹੋ ਗਏ ਅਤੇ ਉਦੋਂ ਬਾਅਦ ਉਹਨੇ ਇੱਕ ਮਗਰ ਦੀ ਕਿਰਪਾਨ ਮਾਰੀ ਦੂਰੋਂ ਸੀ ਫਿਰ ਦੂਰ ਹੋਏ ਉਹਨੇ ਫਿਰ ਮੂਹਰੇ ਹੋ ਕੇ ਕਿਰਪਾਨਾਂ ਮਾਰੀਆਂ ਕਿੰਨੀ ਕਿਰਪਾਨਾਂ ਦੇ ਵਰਗੀ ਤਾਂ ਬੰਦਾ ਕੌਣ ਸੀਗਾ ਮਤਲਬ ਕਿੱਦਾਂ ਦੀ ਪਛਾਣ ਹੋ ਸਕਦੀ ਉਹਦੀ ਉਹਦਾ ਅੰਬਰ ਛਕਿਆ ਹੋਇਆ ਸੀ ਸ਼ਰਾਬ ਪੀਤੀ ਹੋਈ ਸੀ ਜੀ ਗੁਰੂ ਕੋਲ ਮਾਮਲਾ ਉਲਝਦਾ ਜਾ ਰਿਹਾ ਹੈ ਕਿਉਂਕਿ ਪੀੜਤ ਧਿਰ ਦਾ ਕਹਿਣਾ ਹੈ ਕਿ ਆਰੋਪੀ ਨੂੰ ਪੁਲਿਸ ਨੇ ਫੜ ਲਿਆ ਹੈ ਤੇ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਆਰੋਪੀ ਦੀ ਭਾਲ ਕੀਤੀ ਜਾ ਰਹੀ ਹੈ ਪੀੜਤ ਧਿਰ ਤੇ ਪੰਜਾਬ ਪੁਲਿਸ ਤੇ ਇਹ ਬਿਆਨ ਕਾਫੀ ਸਵਾਲ ਖੜੇ ਕਰ ਰਹੇ ਹਨ ਤੇ ਬੰਦਾ ਫੜ ਲਿਆ ਗਿਆ ਬੰਦਾ ਫੜ ਲਿਆ ਗਿਆ ਪੁਲਿਸ ਦੇ ਹਵਾਲੇ ਵੀਰੇ ਤੇ ਬੰਦਾ ਫੜ ਲਿਆ ਗਿਆ ਬੰਦਾ ਫੜ ਲਿਆ ਗਿਆ ਪੁਲਿਸ ਦੇ ਹਵਾਲੇ ਵੀਰੇ ਸੁਣ ਚ ਜੋ ਆਇਆ ਜੀ ਤਾਂ ਕਿਰਪਾਨ ਸੀਗੀ ਉਹਦੀ ਜਿਹੜੀ ਬੰਦੇ ਨੇ ਪਾਈ ਹੋਈ ਤੇ ਉਹ ਮਾਰੀਆਂ ਨੇ ਉਹਦੇ ਨਾਲ ਸੱਟਾਂ ਮਾਰੀਆਂ ਉਹਦੀਆਂ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਜੀ ਬਾਕੀ ਕਲੀਅਰ ਫਿਕਚਰ ਹਜੇ ਬੰਦਾ ਵੀ ਫੜਿਆ ਗਿਆ ਜਿਹਨਾਂ ਜਿੰਨੇ ਕਿਰਪਾਨ ਮਾਰੀ ਹੋਈ ਲੋਕਾਂ ਦੇ ਕਹਿਣ ਨੂੰ ਫਰਕ ਵੀ ਪੈ ਗਿਆ ਕੱਟ ਦਾ ਵੀ ਸੀਗਾ ਲੋਕਾਂ ਦਾ ਭੱਜ ਗਿਆ ਬਟ ਫਿਰ ਵੀ ਆਪਾਂ ਫੜ ਲਾਂਗੇ ਉਹਨੂੰ ਫੜਿਆ ਗਿਆ ਜਿਹਨਾਂ ਜਿੰਨੇ ਕਿਰਪਾਨ ਮਾਰੀ ਹੋਈ ਲੋਕਾਂ ਦੇ ਕਹਿਣ ਨੂੰ ਫਰਕ ਵੀ ਪੈ ਗਿਆ
ਕੱਟਦਾ ਵੀ ਸੀਗਾ ਲੋਕਾਂ ਦਾ ਭੱਜ ਗਿਆ ਬਟ ਫਿਰ ਵੀ ਆਪਾਂ ਫੜ ਲਾਂਗੇ। ਨੌਜਵਾਨ ਮਾਨਸਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ ਪਟਿਆਲਾ 'ਚ ਫੌਜੀ ਭਰਤੀ ਲਈ ਆਏ ਹੋਏ ਹਨ। ਸਰਕਾਰ ਵੱਲੋਂ ਮਰੀਜ਼ਾਂ ਨੂੰ ਸਹੂਲਤਾਂ ਦੇਣ ਦੇ ਵਾਅਦੇ ਤਾਂ ਤੁਸੀਂ ਅਕਸਰ ਹੀ ਸੁਣਦੇ ਹੋ, ਪਰੰਤੂ ਪੰਜਾਬ ਦੇ ਹਸਪਤਾਲਾਂ ਸੀਨੀਅਰ ਡਾਕਟਰਾਂ ਤੇ ਸਟਾਫ ਦੀ ਘਾਟ ਅਕਸਰ ਹੀ ਵੇਖਣ ਨੂੰ ਮਿਲਦੀ ਹੈ। ਸਿਵਲ ਹਸਪਤਾਲ ਰਾਮਪੁਰਾ ਫੂਨ ਵੀ ਕਾਫੀ ਲੰਮੇ ਸਮੇਂ ਤੋਂ ਡਾਕਟਰਾਂ ਦੀ ਘਾਟ ਨਾਲ ਜੂਝ ਰਿਹਾ ਸੀ। ਆਖਿਰ ਸਰਕਾਰ ਤੇ ਉੱਚ ਅਧਿਕਾਰੀਆਂ ਦੀ ਸਵੱਲੀ ਨਜ਼ਰ ਰਾਮਪੁਰਾ ਫੂਨ ਦੇ ਸਿਵਲ ਹਸਪਤਾਲ ਤੇ ਪਈ ਤੇ ਮਰੀਜ਼ਾਂ ਦਾ ਸੁੱਖ ਦਾ ਸਾਹ ਲਿਆ। ਲੰਮੇ ਸਮੇਂ ਬਾਅਦ ਹਸਪਤਾਲ ਨੂੰ ਤਿੰਨ ਡਾਕਟਰ ਮਿਲਣ ਕਾਰਨ ਮਰੀਜ਼ਾਂ ਦੀਆਂ ਮੁਸ਼ਕਿਲਾਂ ਘਟਣੀਆਂ ਸ਼ੁਰੂ ਹੋਈਆਂ ਹਨ। ਸਰਜਰੀ ਦੇ ਮਾਹਿਰ ਡਾਕਟਰ ਗੁਰਪ੍ਰੀਤ ਸਿੰਘ ਮਾਹਲ, ਦਿਲ ਛਾਤੀ ਅਤੇ ਪੇਟ ਦੇ ਮਾਹਿਰ ਡਾਕਟਰ ਸੁਸਾਦਕਰ, ਔਰਤਾਂ ਦੇ ਮਾਹਿਰ ਡਾਕਟਰ ਭਾਨੁਪ੍ਰਿਆ ਦੇ ਆਉਣ ਨਾਲ ਮਰੀਜ਼ਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਵਿੱਚ ਕਾਫੀ ਤੇਜ਼ੀ ਆਈ ਹੈ। ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਾਕੀ ਰਹਿੰਦੀ ਡਾਕਟਰਾਂ ਦੀ ਘਾਟ ਵੀ ਜਲਦ ਪੂਰੀ ਕੀਤੀ ਜਾਵੇ। ਨਵਾਂ ਟ੍ਰੈਫਿਕ ਨਿਯਮ 2019 1 ਸਤੰਬਰ ਤੋਂ ਨਵਾਂ ਮੋਟਰ ਵਹੀਕਲ ਐਕਟ 2019 ਲਾਗੂ ਹੋਣ ਤੋਂ ਬਾਅਦ ਲਗਾਤਾਰ ਟਰੱਕਾਂ ਦੇ ਹੋ ਰਹੇ ਚਲਾਨਾਂ ਕਾਰਨ ਆਲ ਇੰਡੀਆ ਮੋਟਰਸ ਟਰਾਂਸਪੋਰਟਰਸ ਐਸੋਸੀਏਸ਼ਨ ਨੇ ਵੀਰਵਾਰ ਨੂੰ ਹੜਤਾਲ ਦਾ ਐਲਾਨ ਕੀਤਾ ਹੈ। ਇਸ ਦੌਰਾਨ ਉਹ ਦਿੱਲੀ NCR 'ਚ ਟਰੱਕਾਂ ਜਾਮ ਵੀ ਕਰਨਗੇ। ਇਸ ਤੋਂ ਬਾਅਦ ਟਰਾਂਸਪੋਰਟਰ ਬੁੱਧਵਾਰ ਰਾਤ ਤੋਂ 24 ਘੰਟੇ ਦੀ ਸੰਕੇਤਕ ਹੜਤਾਲ ਕਰਨਗੇ। ਉੱਥੇ ਹੀ ਹਾਲਾਤ ਦੇ ਮੱਦੇਨਜ਼ਰ ਦਿੱਲੀ NCR ਦੇ ਸਕੂਲਾਂ 'ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦਿੱਲੀ ਨਾਲ ਲੱਗਦੇ UP ਦੇ ਗਾਜ਼ੀਆਬਾਦ ਸਥਿਤ ਫਾਦਰ ਐਰੀਗਲ ਸਕੂਲ 'ਚ ਬੰਦ ਕਾਰਨ ਸਕੂਲਾਂ ਦੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਲਈ ਮਾਤਾ ਪਿਤਾ ਨੂੰ ਮੈਸੇਜ ਕਰਨ ਦੇ ਨਾਲ ਸਕੂਲ ਦੇ ਨੋਟਿਸ ਬੋਰਡ ਤੇ ਵੀ ਅਜਿਹੀ ਸੂਚਨਾ ਦਿੱਤੀ ਗਈ ਹੈ। You are watching NC7 News. To give advertisement for flash ad, video ad and paid stories on this channel, contact us on 9855858559.